ਗਲੀਆਂ ਰੁਲਣ ਨਾ ਮੋਤੀ ਸੁੱਚੇ ਭੇਜੋ ਸਭ ਸਕੂਲ ਬੱਚੇ। ਜ਼ਿੰਦਗੀ ਦੇ ਸਕੂਲ ਵਿੱਚ ਕਦੇ ਛੁੱਟੀ ਨਹੀਂ ਹੁੰਦੀ ਤੇ ਜੇਕਰ ਸਿੱਖਿਆ ਨਾ ਹੋਵੇ ਤਾਂ ਜ਼ਿੰਦਗੀ ਰੂਪੀ ਇਹ ਸਫ਼ਰ ਵੀ ਔਖਾ ਹੋ ਜਾਂਦਾ। ਤੇ ਅੱਜ ਕੱਲ੍ਹ ਲੋਕ ਆਪਣੇ ਬੱਚਿਆਂ ਨੂੰ ਵਧੀਆ ਜ਼ਿੰਦਗੀ ਦੇਣ ਲਈ ਵਧੀਆ ਤੋਂ ਵਧੀਆ ਸਕੂਲ ਜ਼ਰੂਰ ਭੇਜਦੇ ਨੇ, ਜਿੱਥੇ ਹਰ ਵੇਲੇ ਪ੍ਰਾਈਵੇਟ ਸਕੂਲਾਂ ਨੂੰ ਹੀ ਵਧੀਆ ਸਮਝਿਆ ਜਾਂਦਾ। ਪਰ ਜੇਕਰ ਅੱਜ ਵੀ ਤੁਸੀਂ ਇਹੀ ਸੋਚ ਰਹੇ ਹੋ ਕਿ ਸਰਕਾਰੀ ਸਕੂਲ ਕਿਸੇ ਚੀਜ਼ ਤੋਂ ਪਿੱਛੇ ਹਨ ਤਾਂ ਤੁਸੀਂ ਗਲਤ ਹੋ ਜਨਾਬ। ਅੱਜ ਕੱਲ੍ਹ ਲੋਕ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਸਰਕਾਰੀ ਸਕੂਲ ਵਿੱਚ ਭੇਜਣਾ ਵੀ ਪਸੰਦ ਕਰ ਰਹੇ ਨੇ। ਇਸ ਦਾ ਸਬੂਤ ਹੈ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਵੱਧ ਰਹੀ ਗਿਣਤੀ। ਲੁਧਿਆਣਾ ਜਵੱਦੀ ਕਲਾ ਦੇ ਸਰਕਾਰੀ ਹਾਈ ਸਕੂਲ ਵਿੱਚ ਇਸ ਵਾਰ ਬੱਚਿਆਂ ਦੀ ਗਿਣਤੀ ਬਹੁਤ ਵੱਧ ਗਈ ਹੈ ਅਤੇ ਸਕੂਲ ਦੀ ਸਹੂਲਤਾਂ ਵੀ ਕਿਸੇ ਪ੍ਰਾਈਵੇਟ ਸਕੂਲ ਨਾਲੋਂ ਘੱਟ ਨਹੀਂ ਹਨ। ਪਾਣੀ ਦੇ ਫਿਲਟਰ, ਹਵਾਦਾਰ ਕਮਰੇ, ਪਾਰਕ ਅਤੇ ਪੜ੍ਹਾਉਣ ਲਈ ਆਧੁਨਿਕ ਤਰੀਕਿਆਂ ਦੀ ਵਰਤੋਂ ਇਸ ਸਕੂਲ ਵਿੱਚ ਬਖੂਬੀ ਕੀਤੀ ਜਾ ਰਹੀ ਹੈ ਅਤੇ ਅਧਿਆਪਕਾਂ ਵੱਲੋਂ ਵੀ ਬੱਚਿਆਂ ਦੀ ਸਕਿੱਲਸ ਨੂੰ ਨਿਖਾਰਨ ਲਈ ਮਿਹਨਤ ਕੀਤੀ ਜਾਂਦੀ ਹੈ ਤਾਂ ਜੋ ਉਹ ਜ਼ਿੰਦਗੀ ਦੇ ਸਫ਼ਰ ਵਿੱਚ ਕੁਝ ਬਣ ਕੇ ਉੱਚੀਆਂ ਉਚਾਈਆਂ ਛੂ ਸਕਣ। ਇੱਥੇ ਪੜ੍ਹ ਰਹੇ ਬੱਚੇ ਵੀ ਕਿਸੇ ਤੋਂ ਘੱਟ ਨਹੀਂ ਸਨ ਅਤੇ ਹੁਣ ਸਭ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਸਰਕਾਰੀ ਸਕੂਲ ਭੇਜਿਆ ਜਾਏ ਅਤੇ ਵੈਸੇ ਵੀ ਨਵੀਂ ਬਦਲੀ ਹੋਈ ਸਿੱਖਿਆ ਨੀਤੀਆਂ ਨਾਲ ਸਭ ਸਕੂਲਾਂ ਵਿੱਚ ਇੱਕੋ ਜਿਹੀ ਪੜ੍ਹਾਈ ਦੇ ਤਰੀਕੇ ਵਰਤੇ ਜਾਣਗੇ। ब्यूरो रिपोर्ट, लुधियाना व्यू।